ਪੰਜਾਬ ਮੁੰਡੇ ਨਹੀਂ ਗਾਹਕ ਗਾਹਕ ਹੈ ਤੇ ਜੇ ਇਸ 50 ਦੇ ਨਾਲ ਇੱਕ ਜ਼ੀਰੋ ਹੋਰ ਜੋੜਨੀ ਚਾਹੁੰਦੇ ਹੋ ਨਾ ਤਾਂ ਆਪਣੇ ਜ਼ੀਰੋ ਨੂੰ ਸਾਡੇ ਕੋਲੇ ਭੇਜੋ ਕੋਈ ਮੇਰੇ ਲਈ ਇੱਕ ਸੇਵਾ ਤਾਂ ਬਾਈ ਜੀ ਦੱਸਿਓ ਸੇਵਾ ਤਾਂ ਫਿਰ ਕਦੇ ਫਿਲਹਾਲ ਤੈਨੂੰ ਸੇਵਾਦਾਰ ਜ਼ਰੂਰ ਬਣਾ ਹੋਰ ਵੀ ਲਾਲੀ ਕਿੰਨਾ ਟਾਈਮ ਲੱਗੂ ਫਿਰ ਬਈ ਕੰਮ ਥੋੜ੍ਹਾ ਔਖਾ ਹੈ ਚਾਰ ਪੰਜ ਦਿਨ ਲੱਗ ਜਾਣਗੇ ਜੇ ਹੌਸਟਲ 'ਚ ਰਹਿਣਾ ਚਾਹੁੰਦਾ ਹੈ ਨਾ ਤਾਂ ਅਨਮੋਲ ਨੂੰ ਕਿਤਾਬਾਂ 'ਚੋਂ ਬਾਹਰ ਕੱਢ ਜਾਂ ਫਿਰ ਆਪ ਹੌਸਟਲ 'ਚੋਂ ਨਿਕਲਣ ਦੀ ਤਿਆਰੀ ਕਰ ਲੈ ਫਿਰ ਕਿਉਂ ਨਾ ਆਪਾਂ ਆਪਣੀ ਕੋਈ ਪਾਰਟੀ ਬਣਾ ਲਈਏ ਜਿਹੜੀ ਹਰ ਲੋੜਵੰਦ ਸਟੂਡੈਂਟ ਦੀ ਹੈਲਪ ਕਰੇ ਕੀਰਤ ਪਾਰਟੀ ਕਰਨ ਨੂੰ ਨਹੀਂ ਕਿਹਾ ਪਾਰਟੀ ਬਣਾਉਣ ਨੂੰ ਕਿਹਾ ਯਾਰ ਇਹ ਤਾਂ ਕਾਪੀ ਮੈਂ ਕਮਨ ਨਾ ਲੱਕੀ ਲੱਕੀ ਉਹ ਬੋਲ ਵੀ ਪਿਆ ਹੁਣ ਮੈਂ ਨਹੀਂ ਬੋਲਦਾ ਕਿਉਂ ਕਿਉਂ ਨਹੀਂ ਬੋਲਦਾ ਓਏ ਕਿਉਂਕਿ ਮੈਂ ਫੈਸਲਾ ਕੀਤਾ ਨਲਾਇਕ ਵਿਦਿਆਰਥੀਆਂ ਨੂੰ ਬਿਲਕੁਲ ਨਹੀਂ ਬੁਲਾਉਣਾ ਯਾਰ ਤੂੰ ਮੈਨੂੰ UPSC ਐਗਜ਼ਾਮ ਦੀ ਤਿਆਰੀ ਕਰਾ ਦੇਗਾ ਨਹੀਂ ਭਈਆ ਨਾ ਦੇਖੇ ਇਹ ਹਮਸੇ ਨਾ ਹੋ ਪਾਏਗਾ ਅਰੇ ਕਾ ਭਈਆ ਅਰੇ ਜਬ ਇੱਕੇ ਰੂਮ ਮੇ ਰਹਿਣਾ ਹੈ ਤੋ ਪੜ੍ਹਾਈ ਵੀ ਤੋ ਇੱਕ ਸਾਥ ਹੀ ਕਰੇਂਗੇ ਨਾ ਔਰ ਖਬਰਦਾਰ ਅਗਰ ਜਾਣੇ ਕਾ ਕਹੀਂ ਬਾਤ ਵੀ ਕੀਆ ਤੋ ਜੁੱਤੀ ਕਦੇ ਵੀ ਪੈਰ ਲੁੱਕ ਰੱਖਦੇ ਕੈਰ ਗੱਭਰੂ ਕਿੱਥੇ ਮੰਨਦੇ ਨੇ ਜੁੱਤੀ ਕਦੇ ਵੀ ਪੈਰ ਲੁੱਕ ਰੱਖਦੇ ਕੈਰ ਗੱਭਰੂ ਕਿੱਥੇ ਮੰਨਦੇ ਨੇ ਰੋਬ ਨਵਾਬੀ ਰੱਖਦੇ ਖਰੋਟ ਬੁਲਾ ਨਾਲ ਭੰਨਦੇ ਨੇ ਜੁੱਤੀ ਕਦੇ ਵੀ ਪੈਰ ਲੁੱਕ ਰੱਖਦੇ ਕੈਰ ਗੱਭਰੂ ਕਿੱਥੇ ਮੰਨਦੇ ਨੇ ਜੁੱਤੀ ਕਦੇ ਵੀ ਪੈਰ ਲੁੱਕ ਰੱਖਦੇ ਕੈਰ ਗੱਭਰੂ ਕਿੱਥੇ ਮੰਨਦੇ ਉਹੀ ਬਹਾਨੇ ਉਹਨਾਂ ਦੇ ਕਦੇ ਸੈਮੀਨਾਰ ਹੈ ਕਦੇ ਕਨਵੋਕੇਸ਼ਨ ਹੈ ਕਦੇ ਫਰੈਸ਼ਰ ਹੈ ਕਦੇ ਫੇਅਰਵੈਲ ਹੈ ਪਤਾ ਹੀ ਹੈ ਤੈਨੂੰ ਪੈਸੇ ਭਾਲਦੇ ਨੇ ਮੰਨੇ ਆ ਯੂਥ ਵੈਲਫੇਅਰ ਦਾ ਹੈੱਡ ਕੌਣ ਹੈ ਮੈਨੂੰ ਲੱਗਦਾ ਬਈ ਕਰਮਜੀਤ ਹੈ ਉਹੀ ਜਿਹਦੀ ਆਪਾਂ ਪ੍ਰਮੋਸ਼ਨ ਕਰਵਾਈ ਹਾਂਜੀ ਹਾਂਜੀ ਬਈ ਉਹੀ ਫੋਨ ਲਾ ਯਾਰ ਆਉਣ ਨਵਾਂ ਐਂਟਰ ਨਹੀਂ ਕਰ ਦਿੰਦਾ ਨਾ ਬਈ ਸਿਕਿਉਰਿਟੀ ਗਾਰਡ ਜੇ ਬਾਹਰੋਂ ਹੀ ਮੋੜ ਦਿੰਦੇ ਨੇ ਕੋਈ ਨਹੀਂ ਹਲੋ ਹਾਂ ਕਰਮਜੀਤ ਸਤਿ ਸ਼੍ਰੀ ਅਕਾਲ ਓਏ ਆ ਆਡੀਟੋਰੀਅਮ ਕੀ ਚੱਲ ਰਿਹਾ ਉਹ ਸੈਮੀਨਾਰ ਕੋਈ ਸੁਣਦਾ ਵੀ ਹੈ ਕਿ ਪੈਸੇ ਖਾਣ ਦਾ ਸਾਧਨ ਬਣਾ ਰੱਖਿਆ ਤੁਸੀਂ ਉਹ ਇਹ ਆਡੀਟੋਰੀਅਮ ਸਟੂਡੈਂਟ ਦੀਆਂ ਫੀਸਾਂ 'ਚੋਂ ਬਣਦੇ ਨੇ ਪ੍ਰੋਫੈਸਰਾਂ ਦੀਆਂ ਤਨਖਾਹਾਂ 'ਚੋਂ ਨਹੀਂ ਆ ਜਿਹੜੇ ਮੁੰਡੇ ਕਾਲਜ ਵਾਸਤੇ ਟਰਾਫੀਆਂ ਜਿੱਤ ਕੇ ਲਿਆਉਂਦੇ ਨੇ ਉਹਨਾਂ ਨੂੰ ਤੁਸੀਂ ਧੁੱਪੇ ਮਾਰ ਰਹੇ ਹੋ ਸ਼ਾਮ ਤੱਕ ਆਡੀਟੋਰੀਅਮ ਖੁੱਲ੍ਹ ਜਾਣਾ ਚਾਹੀਦਾ ਚਾਬੀ ਫੜ ਦਿਓ ਮੁੰਡੇ ਜਾ ਕੇ ਵੈਲਫੇਅਰ 'ਚੋਂ ਜੀ ਬਾਈ ਜੀ ਨਾਲੇ ਦੱਬ ਕੇ ਤਿਆਰੀ ਕਰੋ ਧੰਨਵਾਦ ਬਾਈ ਜੀ ਠੀਕ ਆ ਸ਼ਾਮ ਮਿਲਦੇ ਹੋਰ ਰੂਪ ਕੀ ਲੱਗਦਾ ਇਸ ਵਾਰ ਕਿਹੜੀ ਪਾਰਟੀ ਬਾਜੀ ਮਾਰੂ ਜਿਹੜੇ ਹਿਸਾਬ ਨਾਲ ਬਈ ਆਪਣੀ ਪਾਰਟੀ ਦੀ ਹਾਲੇ ਤੱਕ ਕੱਲ ਚ ਤੂਤੀ ਬੋਲਦੀ ਆ ਮੈਨੂੰ ਨਹੀਂ ਲੱਗਦਾ ਕੋਈ ਹੋਰ ਟਿਕੂ ਸਤਿ ਸ਼੍ਰੀ ਅਕਾਲ ਭਾਜੀ ਉਹ ਛੋਟੂ ਆ ਕੀ ਕਰੀ ਜਾਂਦਾ ਹੋਰ ਸਭ ਠੀਕ ਠਾਕ ਹੈ ਹਾਂਜੀ ਸਭ ਤੁਹਾਡੇ ਕਰਕੇ ਚੱਲੀ ਜਾਂਦਾ ਜੀ ਹੋਰ ਕੁਛ ਲਉਂਗੀ ਚਾਹ ਪੀਓਗੇ ਮੁੰਡੇ ਉਹ ਚਾਹ ਪੀਓਗੇ ਬਾਈ ਮੈਂ ਤਾਂ ਕੌਫੀ ਪੀਊਂਗਾ ਉਹ ਤੂੰ ਅੱਜ ਕੌਫੀ ਕਿਵੇਂ ਹੋਵੇ ਉਹ ਕੌਫੀ ਕਲਰ ਦਾ ਕੁੜਤਾ ਪਾਇਆ ਛੋਟੂ ਬੜਾ ਮਿਹਨਤੀ ਜਵਾਕ ਹੈ ਅਤੇ ਜਦੋਂ ਬਾਈ ਪ੍ਰਧਾਨ ਸੀ ਤਾਂ ਬਾਈ ਨੂੰ ਗੁਰਦੁਆਰੇ ਦੇ ਬਾਹਰ ਮਿਲਿਆ ਸੀ ਇਹਦਾ ਘਰ ਬਾਰ ਹੈ ਨਹੀਂ ਕੋਈ ਬਾਈ ਇਹਨੂੰ ਇੱਥੇ ਲਿਆਏ ਉਦੋਂ ਤੋਂ ਇੱਥੇ ਹੀ ਕੰਮ ਕਰਦਾ ਬਾਈ ਤੁਹਾਡੇ ਬਾਰੇ ਸੁਣਿਆ ਹੀ ਸੀ ਅਤੇ ਅੱਜ ਦੇਖ ਵੀ ਲਿਆ ਕਿ ਤੁਸੀਂ ਕਿੰਨੇ ਨੇਕ ਦਿਲ ਇਨਸਾਨ ਬਸ ਰੂਪ ਪਰਮਾਤਮਾ ਜਿੰਨੀ ਸੇਵਾ ਕਰਵਾਈ ਜਾਂਦਾ ਕਰੀ ਜਾਂਦੇ ਹਾਂ ਬਾਕੀ ਤੂੰ ਦੱਸ ਤੇਰਾ ਕਿੰਨਾ ਕੁ ਇੰਟਰਸਟ ਹੈ ਪੋਲੀਟਿਕਸ 'ਚ ਇੰਟਰਸਟ ਤਾਂ ਬਾਈ ਜੀ ਚੰਡੀਗੜ੍ਹ ਰਹਿਣ ਕਰਕੇ ਸਟੂਡੈਂਟ ਪੋਲੀਟਿਕਸ ਨੂੰ ਕਾਫੀ ਨੇੜੇ ਤੋਂ ਦੇਖੇ ਨਾਲੇ ਚਾਚਾ ਜੀ 26 ਸੈਕਟਰ ਤੋਂ ਕੌਂਸਲਰ ਨੇ ਲਾ ਲਓ ਵੀ ਹੈਗਾ ਇੰਟਰਸਟ ਤਾਂ ਜੀ ਕੀ ਬਾਤ ਹੈ ਮਤਲਬ ਕਿ ਸ਼ੁਰੂ ਤੋਂ ਪੋਲੀਟੀਕਲ ਮਾਹੌਲ 'ਚ ਪਲਿਆ ਤੂੰ ਹਾਂਜੀ ਬਾਈ ਜੇ ਤੈਨੂੰ PSA ਵੱਲੋਂ ਵਾਈਸ ਪ੍ਰੈਜ਼ੀਡੈਂਟ ਖੜਾ ਕਰ ਦਈਏ ਤਾਂ ਬਾਈ ਬਾਈ ਮੈਨੂੰ ਹਾਂ ਹਾਂ ਤੂੰ ਤਾਂ ਐਂ ਘਬਰਾ ਰਿਹਾ ਜਿਵੇਂ ਤੇਰਾ ਰਿਸ਼ਤਾ ਕਰ ਰਹੇ ਹੁੰਦੇ ਬਾਈ ਮੇਰੇ ਲਈ ਹੋਰ ਬੈਟਰ ਓਪਰਚੁਨਿਟੀ ਕੀ ਹੋਊਗੀ
ਸਗੋਂ ਮੈਂ ਤਾਂ ਆਪ ਚਾਹੁੰਦਾ ਬਾਈ ਮੈਂ ਵੀ ਕਿਤੇ ਇਨਵੋਲਵ ਹੋਵਾਂ ਪਰ ਬਾਈ ਪਰ ਕੀ ਪਰ ਬਾਈ ਅਟੈਂਡੈਂਸ ਦਾ ਚੱਕਰ ਆ ਹਾਂ ਸਾਨੂੰ ਪਤਾ 80% ਹੈ ਪਰ ਅਸੀਂ ਇੱਕ ਹਿਸਾਬ ਲਾਇਆ ਕਿ ਜੇ ਨੋਮੀਨੇਸ਼ਨ ਤੱਕ ਰੈਗੂਲਰ ਰਿਹਾ ਤਾਂ 85% ਹੋ ਸਕਦੀ ਹੈ ਉਹ ਤੂੰ ਟੈਨਸ਼ਨ ਨਾ ਲੈ ਜਾ ਕੇ ਠੰਡੇ ਦਿਮਾਗ ਨਾਲ ਸੋਚ ਲਈ ਜੇ ਵਿਚਾਰ ਬਣਿਆ ਤਾਂ ਦੱਸ ਦੀ ਅਤੇ ਜੇ ਨਾ ਵੀ ਬਣਿਆ ਤਾਂ ਵੀ ਕੋਈ ਚੱਕਰ ਨਹੀਂ ਅਤੇ ਬਾਈ ਫਿਰ ਮੈਨੂੰ ਥੋੜ੍ਹਾ ਟਾਈਮ ਦਿਓ ਮੈਂ ਸੋਚ ਕੇ ਦੱਸਦਾ ਹਾਂ ਹਾਂ ਸੋਚ ਲੈ ਅਤੇ ਬਾਈ ਆਪਾਂ ਪ੍ਰੈਜ਼ੀਡੈਂਟ ਕਿਹਨੂੰ ਖੜ੍ਹਾ ਕਰ ਰਹੇ ਹਾਂ ਚੱਲ ਰਿਹਾ ਪ੍ਰੋਸੈਸ ਉਹ ਤੈਨੂੰ ਪਤਾ ਇਮਰਾਨ ਜਿਹੜਾ ਬੰਦਾ ਪ੍ਰੈਜ਼ੀਡੈਂਟ ਹੁੰਦਾ ਉਹਨੂੰ ਇੱਦਾਂ ਸਵੇਰੇ ਸਵੇਰੇ ਲਾਈਨਾਂ 'ਚ ਖੜਨ ਦੀ ਲੋੜ ਹੀ ਨਹੀਂ ਪੈਂਦੀ ਕੀ ਗੱਲ ਹੋਈ ਪ੍ਰੈਜ਼ੀਡੈਂਟ ਦਾ ਆਉਂਦਾ ਨਹੀਂ ਓਏ ਨਹੀਂ ਓਏ ਪ੍ਰੈਜ਼ੀਡੈਂਟ ਨੂੰ ਮਿਲਦਾ SPL ਕਮਰਾ SPL ਕਮਰੇ 'ਚ ਹੁੰਦਾ ਅਟੈਚ ਬਾਥਰੂਮ ਚ ਗੀਜ਼ਰ ਗੀਜ਼ਰ 'ਚ ਆਉਂਦਾ ਗਰਮ ਗਰਮ ਪਾਣੀ ਬਸ ਪ੍ਰੈਜ਼ੀਡੈਂਟ ਨਹਾਉਂਦਾ ਵੀ ਗਰਮ ਪਾਣੀ ਨਾਲ ਹੈ ਅਤੇ ਧੋਂਦਾ ਵੀ ਯਾਰ ਤੂੰ ਕਾਕਾ ਕਾ ਕੁੰਡੇ ਨਾਲ ਬੰਨ ਕੇ ਪੂਣੀਆਂ ਕਰੀ ਜਾਏਗਾ ਤੈਨੂੰ ਪਤਾ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਉਹ ਉਹਦੀ ਪੱਗ ਦੀ ਪੂਣੀ ਤਾਂ ਪ੍ਰਿੰਸੀਪਲ ਸਰ ਆਪ ਕਰਵਾ ਕੇ ਜਾਂਦੇ ਨੇ ਜੇ ਤੈਨੂੰ ਨਹੀਂ ਯਕੀਨ ਨਾ ਤਾਂ ਡੇਜ਼ੀ ਨੂੰ ਫੋਨ ਕਰਕੇ ਪੁੱਛ ਲਾ ਖਾਣੇ ਖੀਰੇ ਫਿਰ ਕਹਿਣਗੇ ਡੌਲੇ ਛੋਟੇ ਹੋ ਗਏ ਵੀਰੇ ਓਏ ਪ੍ਰੈਜ਼ੀਡੈਂਟ ਬਣ ਜਾ ਫਿਰ ਬਟਰ ਚਿਕਨ ਤੰਦੂਰੀ ਅਫਗਾਨੀ ਰਾੜਾ ਲੱਲਾ ਵਾਹ ਵਾਹ ਜਿਹੜਾ ਵੀ ਚਿਕਨ ਕਹੇਗਾ ਨਾ ਮੈਸਲ ਰੂਮ 'ਚ ਦੇ ਕੇ ਜਾਇਆ ਕਰਨਗੇ ਇਹ ਸਾਲਾ ਖੀਰਿਆਂ ਜੋਗਾ ਹੀ ਆ ਯਾਰ ਆਹ ਦੇਖੇ 'ਚ ਖੀਰੇ ਪਏ ਨੇ ਆਪਾਂ ਵੀ ਲੈ ਲਈਏ ਉਹ ਸਰਦਾਰਾ ਕੌਥਾ ਕਾ ਨੋਟਸ ਬਣਾਉਂਦਾ ਰਹੇਗਾ ਕਾਲਜ ਪ੍ਰੈਜ਼ੀਡੈਂਟ ਬਣ ਜਾ ਨੋਟ ਬਣਾਇਆ ਕਰਾਂਗੇ ਨੋਟ ਕਾਲਜ ਇਵੈਂਟਾਂ 'ਤੇ ਫੈਸਟੀਵਲਾਂ 'ਤੇ ਕੁੰਡੇ ਪੈਸੇ ਖਾਇਆ ਕਰਾਂਗੇ ਯਾਰ ਇਸੇ ਕਰਕੇ ਤਾਂ ਮੈਂ ਪ੍ਰੈਜ਼ੀਡੈਂਟ ਨਹੀਂ ਬਣਨਾ ਉਹ ਚੱਲ ਤੂੰ ਕਰ ਲਈ ਚੰਗੇ ਕੰਮ ਤੂੰ ਨਾ ਖਾਈ ਤੂੰ ਮੇਰਾ ਦਿਮਾਗ ਨਾ ਖਾ ਅਤੇ ਮੇਰੀ ਗੱਲ ਤਾਂ ਸਾਲਾ ਇੰਨੀਆਂ ਮਿੰਨਤਾਂ ਕਿਸੇ ਨੇ ਨਜੋਤ ਸਿੱਧੂ ਦੀਆਂ ਨਹੀਂ ਕੀਤੀਆਂ ਹੋਣੀਆਂ ਆਪਣੀ ਪਾਰਟੀ 'ਚ ਲਿਆਉਣ ਲਈ ਜਿੰਨੀਆਂ ਮੈਂ ਆਹ ਅਨਮੋਲ ਸਿੱਧੂ ਦੀਆਂ ਕਰ ਰਿਹਾ PSA 'ਚ ਲਿਆਉਣ ਲਈ ਚੀਮਾ ਮਾਰੂ ਪੈਂਦਾ ਸਟੂਡੈਂਟਸ ਨਾਲ ਹੁੰਦੀ ਧੱਕੇਸ਼ਾਹੀ ਦੇ ਖਿਲਾਫ ਕਾਲਜ ਪ੍ਰਸ਼ਾਸਨ ਦੀ ਤਾਨਾਸ਼ਾਹੀ ਦੇ ਖਿਲਾਫ ਆਪਾਂ ਸਾਰੇ ਮਿਲ ਕੇ ਆਵਾਜ਼ ਉਠਾਵਾਂਗੇ ਮਿਲ ਕੇ ਆਵਾਜ਼ ਉਠਾਵਾਂਗੇ ਕਾਲਜ ਵਿੱਚ ਲਈ ਜਾਂਦੀ ਬੇਫਾਲਤੂ ਫੀਸਾਂ ਦੇ ਖਿਲਾਫ ਹੋਸਟਲ 'ਚ ਆਉਂਦੀਆਂ ਤਕਲੀਫਾਂ ਦੇ ਖਿਲਾਫ ਆਪਾਂ ਸਾਰੇ ਮਿਲ ਕੇ ਆਵਾਜ਼ ਉਠਾਵਾਂਗੇ ਮਿਲ ਕੇ ਆਵਾਜ਼ ਉਠਾਵਾਂਗੇ ਸਿੰਗਲ ਮੁੰਡਿਆਂ ਨੂੰ ਗਰਲਫ੍ਰੈਂਡ ਪ੍ਰੋਵਾਈਡ ਕਰਾਵਾਂਗੇ ਮਿਲ ਕੇ ਆਵਾਜ਼ ਉਠਾਵਾਂਗੇ ਮਿਲ ਕੇ ਬੋਲੋ ਬਈ ਰਾਂਝੇ ਕੀ ਆ ਇਹ ਤੇਰੇ ਨਾਂ ਵਾਂਗੂ ਨਾ ਤੇਰੀਆਂ ਹਰਕਤਾਂ ਵਿਗੜੀਆਂ ਹੋਈਆਂ ਨੇ ਸੀਰੀਅਸ ਹੋ ਕੇ ਪ੍ਰੈਕਟਿਸ ਨਹੀਂ ਹੁੰਦੀ ਤੇਰੇ ਤੋਂ ਲੈ ਮੈਂ ਕੀ ਕੀਤਾ ਤੁਸੀਂ ਆਪ ਹੀ ਤਾਂ ਕਿਹਾ ਕਿ ਆਪਾਂ ਸਾਰੇ ਸਟੂਡੈਂਟ ਦੀ ਪ੍ਰੋਬਲਮ ਸੋਲਵ ਕਰਨੀਆਂ ਨੇ ਨਾਲੇ ਇਸ ਤੋਂ ਵੱਡੀ ਪ੍ਰੋਬਲਮ ਹੋਰ ਕੀ ਹੋ ਸਕਦੀ ਆ ਓਏ ਓਏ ਸਾਲਿਆ ਉਹ ਜਿਹੋ ਜੀ ਤੇਰੀ ਆ ਸਿਹਤ ਨਾ ਤੈਨੂੰ ਗਰਲਫ੍ਰੈਂਡ ਦੀ ਨਹੀਂ ਆ ਤੈਨੂੰ ਗਲੂਕੋਜ਼ ਦੀ ਲੋੜ ਆ ਉਹ ਜਿਹੋ ਜਿਹਾ ਮਰਜ਼ੀ ਆ ਉਹ ਤੇਰੇ ਵਾਂਗੂ ਨੇਰੇ 'ਚ ਤਾਂ ਨਹੀਂ ਖੋ ਜਾਂਦਾ ਉਹ ਚੱਲ ਯਾਰ ਪਲੀਜ਼ ਕਿਉਂ ਮਜ਼ਾਕ ਬਣਾ ਰੱਖਿਆ ਤੁਸੀਂ ਸਾਰਿਆਂ ਨੇ ਸੁਖਚੈਨ ਤੂੰ ਤਾਂ ਸਿਆਣਾ ਹੈ ਨਾ ਕਿਰਤ ਗੱਲ ਸੁਣੀ ਇੱਕ ਮਿੰਟ ਸੀਰੀਅਸ ਹੋ ਕੇ ਪ੍ਰੈਕਟਿਸ ਕਰੋ ਮੈਨੂੰ ਮਜ਼ਾਕ ਨਹੀਂ ਚਾਹੀਦਾ ਕਿਰਤ ਇਹ ਸਾਇੰਸ ਡਿਪਾਰਟਮੈਂਟ ਦੇ ਸਟੂਡੈਂਟਸ ਨੇ ਤੇ ਇਹਨਾਂ ਦਾ ਨੇਮ ਸ਼ੈਰੀ ਹੈ ਸਤਿ ਸ਼੍ਰੀ ਅਕਾਲ ਕਿਰਤ ਮੈਨੂੰ ਸੁਖਮਨੀ ਨੇ ਦੱਸਿਆ ਤੁਸੀਂ ਇੱਕ ਪਾਰਟੀ ਬਣਾਉਣਾ ਚਾਹੁੰਦੇ ਹੋ ਹਾਂਜੀ ਸਾਨੂੰ ਇਹ ਤੁਹਾਡਾ ਆਈਡੀਆ ਬਹੁਤ ਵਧੀਆ ਲੱਗਿਆ ਤੇ ਇਸ ਲਈ ਇਹ ਤੇ ਇਹਨਾਂ ਦੇ ਫਰੈਂਡਸ ਆਪਣੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਨੇ ਓ ਵਾਓ ਇਹ ਤਾਂ ਬਹੁਤ ਵਧੀਆ ਗੱਲ ਆ ਸੌਰੀ ਮੈਨੂੰ ਕਾਲ ਆ ਰਹੀ ਹੈ ਹਾਂ ਹੈਲੋ ਸਤਿ ਸ਼੍ਰੀ ਅਕਾਲ ਪਾਪਾ ਕਿਰਤ ਇਹ ਕੀ ਸੁਣ ਰਿਹਾ ਮੈਂ ਕੀ ਹੋਇਆ ਪਾਪਾ ਤੈਨੂੰ ਕੋਈ ਨਾਟਕ ਨੂਟਕ ਖੇਲਿਆ ਕਾਲਜ ਦੇ ਖਿਲਾਫ ਨਹੀਂ ਪਾਪਾ ਝੂਠ ਨਾ ਬੋਲ ਮੈਨੂੰ ਬਲਵੀਰ ਸਰ ਨੇ ਫੋਨ ਤੇ ਸਾਰਾ ਕੁਝ ਦੱਸਤਾ ਤੈਨੂੰ ਕਾਲਜ ਪੜ੍ਹਨ ਲਈ ਭੇਜਿਆ ਜੇ ਆਹੀ ਨਾਟਕ ਨੂਟਕ ਜਿਹੇ ਕਰ ਰਹੇ ਨਾ ਕੋਈ ਲੋੜ ਨਹੀਂ ਘਰੋਂ ਦੂਰ ਰਹਿਣ ਦੀ ਜੀ ਪਾਪਾ ਮੈਂ ਅੱਜ ਤੋਂ ਬਾਅਦ ਅਜਾ ਕੋਈ ਕੰਮ ਨਹੀਂ ਕਰੂੰਗੀ ਜੇ ਮੈਨੂੰ ਹੁਣ ਤੇਰੀ ਕੋਈ ਸ਼ਿਕਾਇਤ ਆ ਗਈ ਨਾ ਅਗਲੀ ਵਾਰ ਮੈਂ ਤੈਨੂੰ ਫੋਨ ਨਹੀਂ ਕਰਨਾ ਸਿੱਧਾ ਲੈਣ ਆਊਂਗਾ ਜੀ ਪਾਪਾ ਅੰਕਲ ਦਾ ਫੋਨ ਸੀ ਨਾ ਸੁਖਮਣੀ ਮੈਨੂੰ ਲੱਗਦਾ ਆਪਾਂ ਨੂੰ ਆ ਪਾਰਟੀ ਬਣਾਉਣ ਵਾਲਾ ਆਈਡੀਆ ਡ੍ਰੌਪ ਕਰ ਦੇਣਾ ਚਾਹੀਦਾ ਯਾਰ ਤੈਨੂੰ ਪਤਾ ਬਲਬੀਰ ਸਰ ਨੇ ਮੇਰੇ ਘਰ ਵੀ ਫੋਨ ਕੀਤਾ ਫਿਰ ਤਾਂ ਤੂੰ ਮੇਰੀ ਸਿਚੁਏਸ਼ਨ ਨੂੰ ਸਮਝ ਹੀ ਸਕਦੀ ਹੈ ਹਾਂ ਸਮਝ ਸਕਦੀ ਹੈ ਕਿ ਤੂੰ ਆਪਣੀ ਜ਼ਿੰਦਗੀ ਦੇ ਫੈਸਲੇ ਕਦੇ ਆਪ ਨਹੀਂ ਲੈ ਸਕਦੀ ਪਹਿਲਾਂ ਤੂੰ ਰੂਪ ਕਰਕੇ ਆਪਣੇ ਸਾਰੇ ਸ਼ੌਂਕ ਤਿਆਗ ਦਿੱਤੇ ਤੇ ਹੁਣ ਅੰਕਲ ਕਰਕੇ ਪਿੱਛੇ ਹਟ ਰਹੀ ਹੈ ਆਖਰ ਕਦੋਂ ਤੱਕ ਤੂੰ ਹੋਰਿਆਂ ਦੇ ਪਰਛਾਵਿਆਂ ਹੇਠ ਜਿਉਂਦੀ ਰਹੇਂਗੀ ਕਿਰਤ ਪਰ ਸੁਖਮਣੀ ਰੂਪ ਵਾਲੀ ਗੱਲ ਹੋਰ ਸੀ ਪਰ ਪਾਪਾ ਤਾਂ ਮੇਰਾ ਭਲਾ ਹੀ ਚਾਹੁੰਦੇ ਆ ਨਾ ਹਾਂ ਮੰਨਿਆ ਕਿਰਤ ਕਿ ਅੰਕਲ ਤੇਰਾ ਭਲਾ ਚਾਹੁੰਦੇ ਨੇ
पर जेड़ा तू इन्हा स्टूडेंट्स बारे सोचा ओदा की ये सारे ब्राइट स्टूडेंट्स ने किरत जिन्हां दा पॉलिटिक्स नाल कोई लेना देना नहीं पर ये सारे अगे पता क्यों आए ने क्योंकि इन्हां नूं एक उम्मीद दिखी है कि एक नवी पार्टी आन जा रही है जिहड़ी बाकी पार्टियां वांग दिखावा नहीं सगो काम करूगी पर सुखमणी जे पापा नूं पता लग गया फिर ओ यार तू केड़ा प्रेजिडेंट खड़ना है तू बस पिछे रह के पार्टी दी कमान संभाल अंकल नूं आपा पता ही नहीं लगन देना हाँ शायद तो ठीक कह रही हां पर पार्टी प्रेजिडेंट किनू बनाईए मेरी स्पीच तां तो सुनी ली मेरे बारे की ख्याल है हाँ सोच तो थैंक यू तुसी सारे साडे जुड़े लकी भैया अगर हम आपकी बहन के साथ भाग जाएं तो आप क्या करोगे मैं ते कर दूंगा तेरा जुलूस ना तेनू मैं जीजी कही है ना तू मेरा जी जा बनन करदा होए अरे लकी भैया ये तो क्वेश्चन है ये देखो यूपीएससी के इंटरव्यू में पूछते हैं बड़ा बदतमीज क्वेश्चन है अरे भैया ये तो आपकी पेशेंस टेस्ट करने के लिए है ना आपको जो भी जवाब देना है ना हाँ। बड़े पोलाइट वे में देना है पोलाइट वे क्या टट्ठे खूच ना बड़े चंगे काम कर रही हो मैं तो झूंडिया तो फाड़ लूंगा हो गया आपका यूपीएससी क्लियर हो गया शाबाश बहुत बढ़िया हो गया क्लियर ओहो गुस्से का तो होना आंसर की है ना अरे आंसर ये है कि अगर मेरी बहन किसी के साथ भाग रही है तो उसने ये फैसला खुद सोच समझ के लिया है सिंपल यार भूषण ऐसा हाँ। नाल फिर जट्टां दे मुंडे आईएएस तां नहीं बनदे मेरे पास चार आम हैं और तीन संतरे हैं और तेरा सवाल ही गलत था है एक फ्रूट गर्मियां दा एक सर्दियां दा मोरी मैया चलो ऐसा कर लेते हैं हाँ। चार सेब हैं तीन संतरे हैं छह केले हैं कीवी फल पाला हाँ चलो कीवी भी डाल दिया अब बताओ कि मेरे पास क्या है इन्हें फ्रूट इकट्ठा कर लिया तू ऐसा होना तेरे को तो फिर फ्रूट चाट होया तो मेरे को पैग हाँ चलो पैग लो अरे भैया एक आंसर है कि मेरे पास बड़े हाथ हैं मारा बड़ा हाथ पुट्ठा जा करके जिन्हें आप पुट्ठा सवाल बनाया आठ लोगों ने दस दिन में एक दीवार बनाया वही दीवार चार लोग कितने दिन में बनाएंगे वही दीवार चार लोगों ने चार निकल गए थे 20 दिन से अरे वाह अरे यार गल बन गई बहुत है गलत है एकदम गलत है दबाओ यार गलत कितना हो सकता ये तो मैं आपके पोटे पे गिरया सीगा अरे भैया जब एक दीवार बन गया है उसका दोबारा बनाने की क्या जरूरत है एक आंसर है 0 डेज शून्य तेरी ओ मेरे मैं तेरे सिर च मारना कुछ मैं तेरे तू मेनू आईएएस की तैयारी करा रहा है कि यार राजमिस्त्री बनन दी भैया आपने एक काम करो आप ना हमको मार दो मार दो एक औरत है जिसका 9 बच्चा है परम दी दादी इस साला परम कौन ओ जेल च जेब कतरा मेरा ना आड़ी बन गया भैया पढ़ लो प्लीज पढ़ लो हाँ हाँ अच्छा चल पूछ पूछ एक औरत है 9 बच्चा है जी मैं से 4 लड़का है 4 लड़की है बताओ कैसे यार आजकल ने जवाका नु की पता है जवाका जवुका बारे ये केदे अरगा होना जिका भैया अरे जस भैया कैसन बा भूषण जी अच्छा वैसे आंसर की सी हा? अरे एक बच्चा पेट में है ना ओ यार तुसी फिर दुखी करना गे जे इन्ने वेले हो जाके सूर्यवंशम देखा करो ना सेट मैक्स ते तू कौन मैं खाम खा यार लोकी ना जस अजकल उई विनिंग बहुत चकदे भी उन्होंने कुछ ना होवे बुलाया किसने बुलाया ऐसा अपने यार जिगरी भूषण नु मिलना आया यार जस भैया भैया हम वही तो पूछ रहे हैं कैसे आना हुआ भूषण कल तो तेरा अखबार मंडन जाना बंद भाई काहे भैया भूषण आ चक तेरा नवा लैपटॉप आ चक तेरे हेडफोन बोले आज तो तू YouTube पे लाइव स्ट्रीम करके आधा खर्चा कटे करना बिल्कुल लाइव स्ट्रीम करेंगे का मुजरा कुछ होता तो बहुत बढ़िया करना है पर तू ये देते फ्री फायर गेम स्ट्रीम करनी है लॉ ब्रेकर ओपी अच्छा अरे वैसे ही जैसे ही अपना देसी गेमर टोटल गेमिंग सुनीता और वो क्या कहते हैं ज्ञान गेमिंग करते हैं करेक्ट पर भैया आप लोगों ने हमारे लिए इतना किया उसके लिए थैंक यू लेकिन इतना खर्चा करने की क्या जरूरत थी मैं क्या सीना भी सस्ता ले ला यार तू कम कर पूछ तू पैसे बारे क्यों सोचना तू अपना पैशन देख नाले चंगा लगता यार साडा यार दोस्त अखबार वंडदा हां साडी कोई इज्जत नहीं अरे भैया आपकी इज्जत के खातिर ही तो बोल रहे हैं और वैसे भी
हमको कौन देखेगा गेमिंग करते हुए? ओ यार क्यों नहीं देखूंगा, पंजाब दा तू फ्री फायर दा चैंपियन है, उत्तो टॉप 20 प्लेयर्स चलना। हां नाले तेरे YouTube का चैनल भी बन गया। हां लेकिन हमारी एक शर्त है कि हम अपना रियल नेम और अपना फेस नहीं दिखाऊंगा। ओ सबो फिर था ज्यादा देखेंगे लोग। अरे यार जल्दी से हां बैठ 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 साथ में बैठना भाई, क्या कर रहा है यार इधर से, कवर दे कवर दे। और ये अरे उसको मारना पीछे से, तेरे पीछे बिल्कुल पीछे। ए आ अरे पीपल वाचिंग हिम। मैं कह सी ना मुंडा सर आलो ओ मिलता पहले ही पता ही मुंडा अपने पैसे दा मुल्ल पा दूगा। अपने तेरे पैसे दा मुल्ल पा दूगा। भूषण जी भैया असीं चलने छत चल कर ते तेनू मुंडा बेस्ट ऑफ लक। बाकी तेनू भी बेस्ट ऑफ लक पढ़ाई ली लखविंदर सिंह। शाबाशी शाबाशी। ओ मेनू थाले पढ़ाई दी गेम च पा के आप तू गेम खेलन लगे भैया। एक गेम और बस, एक गेम प्लीज 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 प्लीज। अरे वाह जत भैया, एकदम भैया कमाल कर दिया। ओ हां भाई तू इन दसा आज बना काम के नहीं भाई? 28% हो गया। 15 मिनट होर लगने भाई। 15 मिनट होर? आ सवेर दिया सुचा तो तोड़ना नहीं कर रखे ने तू सुचा। ओ भाई ओए ओनू सुचा नहीं, ओनू की कहंदे ने? की कहंदे ने? ਓਏ ਉਹੀ ਤਾਂ ਬਾਈ ਮੈਂ ਬੋਲ ਰਿਹਾ ਵੀ ਉਹਨੂੰ ਕੀ ਕਹਿੰਦੇ ਆ, ਜੇ ਨਹੀਂ ਜੀ ਕਹਿੰਦਾ ਸੱਪ ਤੋਂ ਪੁੱਛ ਲੈ। ਲਹਿ ਸਾਲਾ ਮੂਰਖ, ਉਹ ਮੈਂ ਵੀ ਤਾਂ ਉਹੀ ਪੁੱਛ ਰਿਹਾ ਵੀ ਕੀ ਕਹਿੰਦੇ ਨੇ। ਫਿਰ ਬਾਈ ਆ ਸਹੀ ਤਾਂ ਕਹਿ ਰਿਹਾ ਵੀ ਇਹਨੂੰ ਕੀ ਕਹਿੰਦੇ ਆ। ਕੀ ਬਾਈ ਗੱਲ ਨਹੀਂ ਯਾਰ ਸਾਲਿਓ, ਲਾਲੀ ਤਾਂ ਬਚ ਗਏ ਉਸਤਾਦ ਤੋਂ ਪਰ ਤੁਸੀਂ ਨਹੀਂ ਮੈਥੋਂ ਬਚਣੇ। ਬਚਾਉਣਾ ਪੈਂਦਾ ਲੱਖਿਆ, ਬਚਾਉਣਾ ਪੈਂਦਾ। ਜੇ ਮੁਰਗੀ ਮਾਰਤੀ ਤਾਂ ਅੰਡਾ ਕੌਣ ਤੂੰ? ਉਹ ਨਹੀਂ ਨਹੀਂ ਬਾਈ ਜੀ, ਮੈਂ ਤਾਂ ਐਵੇਂ ਚੌੜ ਕਰਦਾ ਸੀ। ਇਸ ਵੀਰ ਦੇ ਮੈਨੂੰ ਕੀ ਕਹਿ ਖਜਾਈ ਜਾਂਦੇ ਨੇ। ਹੋਰ ਫਿਰ ਵਧੀਆ ਜੀ, ਤੁਸੀਂ ਦੱਸਦੀ? ਹਾਂ ਬਾਈ ਹਾਂ ਲਾਲੀ ਬਾਈ। ਉਹ ਹਾਂ ਬਾਈ ਨਵਦੀਪ, ਕਿਵੇਂ ਲੱਗਿਆ ਫਿਰ ਸਾਡਾ ਅੱਡਾ? ਅੱਡਾ ਤਾਂ ਠੀਕ ਹੈ ਜੀ, ਪਰ ਇੰਨਾ ਹਨੇਰਾ ਕਿਉਂ ਕੀਤਾ ਹੋਇਆ? ਕਿਉਂ ਡਰ ਲੱਗਦਾ ਹਨੇਰੇ ਤੋਂ? ਹਾਂਜੀ ਬਾਈ, ਪਰ ਤੁਹਾਨੂੰ ਕਿਉਂ ਪਤਾ? ਹਨੇਰਾ ਇਸ ਕਰਕੇ ਕਿਉਂਕਿ ਹਨੇਰਾ ਹਮੇਸ਼ਾ ਚਾਨਣ ਤੋਂ ਅੱਗੇ ਚੱਲਦਾ ਨਵਦੀਪ ਜੀ, ਇਸ ਲਈ ਦੁਨੀਆ ਦੇ ਜਿੰਨੇ ਵੀ ਕਾਲੇ ਕਾਰਨਾਮੇ ਨਾ ਹਮੇਸ਼ਾ ਉਹ ਹਨੇਰੇ 'ਚ ਕੀਤੇ ਜਾਂਦੇ। ਮੈਨੂੰ ਸਮਝ ਜੀ ਨਹੀਂ ਲੱਗੀ ਜੀ। ਉਹ ਇਹੀ ਸਮਝਾਉਣ ਲਈ ਤਾਂ ਤੈਨੂੰ ਇੱਥੇ ਲੈ ਕੇ ਆਏ ਹਾਂ। ਤੈਨੂੰ ਪਤਾ ਹੈ ਭਲਾ ਆਪਾਂ ਇਲੈਕਸ਼ਨ ਕਿਉਂ ਲੜ ਰਹੇ ਹਾਂ? ਹਾਂਜੀ ਹਾਂਜੀ ਹਾਂ, ਮੈਂ ਨਵਦੀਪ ਸਿੰਘ MCA ਫਾਈਨਲ ਈਅਰ, ਮੈਂ ਇਹ ਇਲੈਕਸ਼ਨ ਤਾਂ ਲੜ ਰਿਹਾ ਕਿ ਸਟੂਡੈਂਟਸ ਦੇ। ਓਏ ਸਪੀਚ ਤੈਨੂੰ ਕਾਲਜ ਬੋਲਣ ਲਈ ਦਿੱਤੀ ਹੋਈ ਹੈ? ਓ ਅੱਛਾ, ਅਸੀਂ ਪਾਗਲ ਹੀ ਆ। ਤੈਨੂੰ ਪਤਾ ਤੇਰੇ ਜੀਜੂ ਕੀ ਕੰਮ ਕਰਦੇ? ਜਦੋਂ ਵਿਆਹ ਹੋਇਆ ਸੀ ਤੇ ਉਦੋਂ ਕਹਿੰਦੇ ਸੀ ਵੀ ਸ਼ੂਗਰ ਮਿੱਲ ਹੈ ਜੀਜੂ ਹੁਣਾਂ ਦੀ, ਪਰ ਹੁਣ ਇੱਥੇ ਦੇਖ ਕੇ ਲੱਗਦਾ ਕੁਛ ਗਲਤ ਜਿਹਾ ਹੀ ਕਰਦੇ ਆ। ਸ਼ੂਗਰ ਮਿੱਲ ਨਹੀਂ, ਚਿੱਟੇ ਦੀ ਮਿੱਲ ਹੈ ਤੇਰੇ ਜੀਜੂ ਦੀ, ਚਿੱਟੇ ਦੀ, ਜਿਹਦੀ ਸਪਲਾਈ ਵਧਾਉਣ ਲਈ ਤਾਂ ਤੈਨੂੰ ਇਲੈਕਸ਼ਨ 'ਚ ਖੜਾ ਕੀਤਾ। ਉਹ ਕਿਵੇਂ ਜੀ? ਦੇਖ ਪਹਿਲਾਂ ਅਸੀਂ ਸਟੂਡੈਂਟ ਨੂੰ ਵੰਡਾਂਗੇ ਨਸ਼ਾ ਫ੍ਰੀ 'ਚ, ਅਤੇ ਜਦੋਂ ਹੌਲੀ ਹੌਲੀ ਉਹ ਨਸ਼ੇ ਦੇ ਆਦੀ ਹੋ ਜਾਣਗੇ ਫਿਰ ਉਹਨਾਂ ਨੂੰ ਨਸ਼ਾ ਅਸੀਂ ਵੇਚਣਾ ਸ਼ੁਰੂ ਕਰ ਦੇਣਾ। ਦਿਸ ਇਜ਼ ਬਿਜ਼ਨਸ। ਇਹ ਕੁਛ ਤਾਂ ਜੀ MBA 'ਚ ਵੀ ਨਹੀਂ ਸਿਖਾਉਂਦੇ ਹੁਣ। ਅੱਛਾ ਅੱਛਾ, ਤਾਂ ਹੀ ਤੁਸੀਂ ਲਾਲੀ ਬਾਈ ਨੂੰ CCTV ਹੈਕ ਕਰਨ ਲਈ ਰੱਖਿਆ ਹੋਇਆ ਹੈ ਨਾ? ਮੁੰਡਾ ਸਿਆਣਾ ਲੱਗਦਾ ਬਾਈ। ਲਾਲੀ ਜਾਣਦਾ ਬਾਈ? ਹਾਂ ਬਾਈ, ਲਾਲੀ ਬਾਈ ਨੂੰ ਕੌਣ ਨਹੀਂ ਜਾਣਦਾ, ਕਾਲਜ 'ਚ ਹਰ ਸਟੂਡੈਂਟ ਦੀ ਹੈਲਪ ਕਰਦੇ ਨੇ ਇਹ, ਹੋਸਟਲ 'ਚ ਕਮਰਾ ਦਵਾਉਣ ਲਈ, ਫੀਸ ਘੱਟ ਕਰਾਉਣ ਲਈ। ਬਸ ਫਿਰ ਹੁਣ ਤੇਰਾ ਲਾਲੀ ਬਾਈ ਹੀ ਸਾਡੀ ਹੈਲਪ ਕਰੂਗਾ ਉਹਨਾਂ ਹੀ ਸਟੂਡੈਂਟਸ ਨੂੰ ਚਿੱਟੇ 'ਤੇ ਲਾਉਣ 'ਚ। ਸਿਕਿਉਰਿਟੀ ਲਾ ਰੱਖੀ ਹੈ ਨਾ,
ਉਸਤਾਦ ਜੀ ਗੋਲੀ ਪਾਉਂਦਾ ਜੀ। ਸਬਰ, ਸਿਆਣੇ ਕਹਿੰਦੇ ਆ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ, ਪਰ ਮੈਂ ਕਹਿੰਦਾ ਸਬਰ ਦਾ ਫਲ ਚਿੱਟਾ ਵੀ ਹੁੰਦਾ। ਲੈ ਲੈਣ ਤੋਂ ਜਿੰਨਾ ਟਾਈਮ ਲੈਂਦਾ। ਪਰ ਉਸਤਾਦ ਜੀ ਉਹ ਤੇ ਜੀ, ਹਾਂਜੀ, ਜਿਹੜੇ ਕੱਲ੍ਹ ਉਹ ਦੋ ਮੁੰਡੇ ਅੱਡੇ ਦੀ ਜਸੂਸੀ ਕਰਦੇ ਫੜੇ ਸੀ, ਹਾਂਜੀ ਹਾਂਜੀ, ਜਿਹੜਾ ਲੈ ਕੇ ਤਾ ਉਹਨਾਂ ਨੂੰ ਜੀ ਉਸਤਾਦ ਜੀ। ਅੱਜ ਨਵਦੀਪ ਨੂੰ ਕਾਲੀ ਦੁਨੀਆਂ ਦੇ ਕਾਲੇ ਕਾਰਨਾਮਿਆਂ ਦਾ ਪਹਿਲਾ ਚੈਪਟਰ ਪੜ੍ਹਾ ਦਈਏ। ਓਹੋ, ਮੈਂ ਤੇ ਕਾਪੀ ਲਿਆਉਣਾ ਭੁੱਲ ਹੀ ਗਿਆ ਜੀ, ਮੈਂ ਲਿਖੂੰਗਾ ਕਿਤੇ। ਨਹੀਂ ਪਾਗਲ ਹੀ ਆ। ਛੋਟੇ ਵੀਰ, ਆ ਆਪਣੇ ਲੈਣ 'ਚ ਨਾ ਕਾਪੀਆਂ ਪੈਨਾਂ ਦੀ ਲੋੜ ਨਹੀਂ ਪੈਂਦੀ, ਸਾਰੇ ਕੰਮ ਪ੍ਰੈਕਟੀਕਲ ਕਰੀਦੇ ਨੇ ਅਤੇ ਸਿੱਧਾ ਪਰਚਾ ਹੀ ਹੁੰਦਾ ਹੈ। ਆਜਾ। ਮੈਂ ਵਿੱਕੀ ਮਿੱਠਾ ਪੰਜਾਬੀ ਡਿਪਾਰਟਮੈਂਟ 'ਚੋਂ ਅੰਗਰੇਜ਼ੀ ਡਿਪਾਰਟਮੈਂਟ ਦੀ ਸਿਮਰਨਜੀਤ ਕੌਰ ਲਈ ਬੋਲੀ ਪੇਸ਼ ਕਰਨ ਜਾ ਰਿਹਾ, ਸੁਣ ਕੇ ਜਰਾ। ਬੱਲੇ, ਉਹ ਬਾਰੀ ਬਰਸੀ ਖੱਟਣ ਗਿਆ ਸੀ। ਸਹੀ ਗੱਲ ਆ ਯਾਰ। ਉਹ ਚੱਲ ਤੂੰ ਜਾਗਦੀ ਆ, ਤੂੰ ਵੀ ਸੁਣ ਲੈ। ਕਬੂਤਰ ਹੀ ਸਮਝੋ, ਉਹ ਕੁੜੀਆਂ ਦਾ ਹੋਸਟਲ ਦੇਖ ਰਹੇ ਹੋ ਜੀ? ਉਹ ਕੁੜੀਆਂ ਦਾ ਹੋਸਟਲ ਦਾ ਦਿਖ ਰਿਹਾ, ਪਰ ਕੋਈ ਕੁੜੀ ਨਹੀਂ ਦਿਖ ਰਹੀ ਚੱਜ ਨਾਲ। ਉਹ ਬਾਈ, ਆਹੀ ਤਾਂ ਨਜ਼ਾਰਾ, ਜਿਹੜਾ ਕੁੜੀ ਨਾਲ ਫੇਸ ਟੂ ਫੇਸ ਗੱਲ ਨਹੀਂ ਨਾ ਕਰ ਪਾਉਂਦਾ, ਉਹ ਵੀ ਇੱਥੇ ਆ ਕੇ ਸੰਗ ਪਾੜ ਪਾੜ ਜਵਾਬ ਦਿੰਦਾ। ਅੱਛਾ, ਤੂੰ ਤਾਂ ਸੰਗ ਪਾੜ ਪਾੜ ਕੇ ਜਵਾਬ ਦਿੰਦਾ ਹੀ ਨਹੀਂ ਨਾ, ਉਹ ਵੀ ਮੂੰਹ ਤੇ। ਉਹ ਬਾਈ, ਮੈਂ ਮਨਪ੍ਰੀਤ ਸਿੰਘ, ਹਿਸਟਰੀ ਡਿਪਾਰਟਮੈਂਟ ਵੱਲੋਂ ਆ ਅੰਗਰੇਜ਼ੀ ਡਿਪਾਰਟਮੈਂਟ ਵਾਲੀ ਅਨੁਪ੍ਰੀਤ ਦੇ ਨਾਲ ਬੋਲੀ ਪਾਉਣ ਲੱਗਿਆ। ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਕਿਲਣੀ, ਤੂੰ ਅਬਦਾਲੀ ਵਾਂਗੂ ਮੇਰਾ ਲੁੱਟ ਕੇ ਲੈ ਗਈ ਦਿਲਣੀ, ਤੂੰ ਅਬਦਾਲੀ ਵਾਂਗੂ ਲੁੱਟ ਕੇ ਲੈ ਗਈ ਦਿਲਣੀ, ਤੂੰ ਅਬਦਾਲੀ ਵਾਂਗੂ। ਬਾਰੀ ਬਾਰੀ ਵਰਸੀ ਖੱਟਣ ਗਿਆ ਸੀ, ਬਾਰੀ ਬਾਰੀ ਵਰਸੀ ਖੱਟਣ ਗਿਆ, ਖੱਟ ਕੇ ਲਿਆਉਂਦਾ ਲਹਿੰਗਾ, ਗੇਂਦ ਉਹਦਾ ਕੋਈ ਗੱਲ ਨੀ, ਫਿਰ ਵੀ ਦੇਖ ਲਓ ਜੇ ਚਾਂਸ ਹੈਗਾ। Bring it on. Karni ki gall thode bhujna de naal tusi char char week na nahonde ho, marda mushk khulle gutter de vaang phir diyan diyan shishiyan makonde ho, thodi nit di routine har vele canteen raho kuniyan de pichhe lalaunde gediyan, ajj kal jitt khud nu kahonde kindiyan thalle osi agge tusi launiyan ne rehdiyan, ve ajj kal jitt khud nu kahonde kindiyan thalle osi agge tusi launiyan ne rehdiyan. Excuse me, please take your words back. Aao taki re taki aaye ni vaddi ae rakane ave mera band muh du khalaavengi, ikki addi gall maithu uchi ni vi hogi mere nariwad vich la ke aavengi, kita makeup le ju gall sari putthi pe ju mere akhiyan na thode parde far ulte, gaddi langeya karugi saadi rajyan de vangu jadon kattya karengi parchi tu tol te, gaddi langeya karugi saadi rajyan de vangu jadon kattya karengi parchi tu tol te।
ਰਿਆਜ਼ ਨਹੀਂ ਕੀਤਾ ਸੀਗਾ। 19 ਨਾਲੇ 22 ਵਿੱਚੋਂ ਕਰਕੇ ਸ਼ਾਪਿੰਗ, 17 ਦੀਆਂ ਪੌਣੀਆਂ ਲੋਕੇਸ਼ਨਾਂ, ਨਖਰੇ ਦਿਖਾਉਣੀਓ ਲੈਂਬਰਗਿਨੀ ਵਾਲੇ ਆਟੋ ਵਾਲੇ ਨਾਲ ਲੜ ਕੇ ਕਲੇਸ਼ਣਾ, ਮੇਰੀ ਗੱਲ ਲੱਗੀ ਕੌੜੀ ਪਾਲੀ ਮੱਥੇ ਤੇ ਤੇ ਉੜੀ ਬਸ ਕਰ ਜਾ ਕੋ ਮਿੱਥੋਂ ਡੰਡ ਜੀ ਲਾਉਣੀਆਂ, ਮੇਕਅਪ ਤੋਂ ਬਿਨਾਂ ਫੋਟੋ ਖਿੱਚ ਕੇ ਤਾਂ ਵੇਖ ਕਲਕੱਤੇ ਵਾਲੀ ਸ਼ੀਲਾ ਤੇ ਇੱਥੋਂ ਜ਼ਿਆਦਾ ਸੋਹਣੀਆਂ, ਬਿਨਾਂ ਮੇਕਅਪ ਤੋਂ ਕੁੜੇ ਫੋਟੋ ਖਿੱਚ ਕੇ ਤਾਂ ਵੇਖ ਕਲਕੱਤੇ ਵਾਲੀ ਸ਼ੀਲਾ ਤੇ ਇੱਥੋਂ ਜ਼ਿਆਦਾ ਸੋਹਣੀਆਂ। ਤੇਰੇ ਬਾਰੇ ਜਾਣਦੇ ਨੇ ਬਹੁਤ, ਤੈਨੂੰ ਸ਼ੌਰਤਾਂ ਦਾ ਚੜਿਆ ਬੁਖਾਰ ਨੀ, ਐਡੀ ਵੀ ਨੀ ਹੈਗੀ ਕੁੜੇ ਬੁਰਜ ਖਲੀਫਾ ਨਾ ਹੀ ਦਿੱਲੀ ਵਾਲਾ ਕੁਤਬ ਮਿਨਾਰ ਨੀ, ਮੈਂ ਤਾਂ ਸੱਚ ਗੱਲ ਕਰਾਂ ਤਾਈਓ ਕਿਸੇ ਤੋਂ ਨਾ ਡਰਾਂ, ਜਿੱਥੇ ਲਾਉਣੀ ਜਾ ਕੇ ਲਾ ਦੇ ਤੂੰ ਸ਼ਿਕਾਇਤ, ਕੁੜੀਏ ਨੀ ਮੁੰਡਾ ਜੇਬ ਵਿੱਚ, ਬੋਝੇ ਵਿੱਚ ਰੱਖੇ ਪੰਚਾਇਤ ਕੁੜੀਏ ਨੀ ਮੁੰਡਾ ਬੋਝੇ ਵਿੱਚ, ਗੀਜੇ ਵਿੱਚ ਰੱਖੇ ਪੰਚਾਇਤ ਕੁੜੀਏ ਨੀ ਮੁੰਡਾ ਗੀਜੇ ਵਿੱਚ, ਬੋਝੇ ਵਿੱਚ ਰੱਖੇ ਪੰਚਾਇਤ ਕੁੜੀਏ ਨੀ ਮੁੰਡਾ ਬੋਝੇ ਵਿੱਚ। ਮਿੱਠੇ ਬਾਈ ਆਇਆ ਮੈਂ ਦੁੱਧ। ਹਾਂਜੀ ਵੀਰੇ। ਯਾਰ ਕੌਣ ਆ, ਨਾਂ ਕੀ ਆ ਇਹਦਾ? ਬਾਈ ਨਾਂ ਨੂੰ ਤਾਂ ਨਹੀਂ ਪਤਾ ਯਾਰ। ਲੈ ਉਹ ਜਿਹਦੇ ਨਾਂ 'ਤੇ ਉੱਛਲ ਉੱਛਲ ਕੇ ਬੋਲੀਆਂ ਪਾ ਰਿਹਾ ਸੀ ਉਹਨੇ ਪੁੱਛ ਲਿਆ ਕੀ ਨਾਮ ਹੈ। ਉਹ ਬਾਈ ਪਤਾ ਕੀਤਾ, ਅਮਨ, ਪ੍ਰੀਆ, ਪ੍ਰੀਤੀ, ਏਜੰਟਾ ਸਾਰਿਆਂ ਤੋਂ ਪਤਾ ਕਰ ਲਿਆ, ਕੋਈ ਨਹੀਂ ਦੱਸਦੀ, ਬਸ ਰੋਜ਼ ਰਾਤ ਨੂੰ ਔਨਲਾਈਨ ਛੱਤ ਜਾ ਕੇ ਮਹਿਫਲਾਂ ਲਾਉਂਦੀ ਹੈ। ਮਤਲਬ ਰੋਜ਼ ਬੇਇੱਜ਼ਤੀ ਕਰਾਉਂਦੇ ਹੋ? ਨਹੀਂ ਨਹੀਂ ਬਾਈ, ਬੇਇੱਜ਼ਤੀ ਤਾਂ ਅੱਜ ਹੀ ਕਰਾਈ ਹੈ, ਬਟ ਜਿੰਨਾ ਸੋਹਣਾ ਗਾਉਂਦੀ ਹੈ ਉਨਾ ਸੋਹਣਾ ਲਿਖਦੀ ਵੀ ਹੈ। ਇੰਸਟਾਗ੍ਰਾਮ 'ਤੇ ਗੁਫ਼ਤਗੂ ਨਾਂ ਦਾ ਪੇਜ ਹੈ, ਚੈੱਕ ਕਰੋ ਤੁਸੀਂ। ਚਲ ਠੀਕ ਹੈ ਵੀਰੇ। ਹਾਂ ਬਾਈ, ਕੀ ਹੋ ਗਿਆ? ਲਾਲੀ ਕਿੰਨੇ ਦਿਨ ਲੱਗਣਗੇ ਹੋਰ? ਬਸ ਬਾਈ 3-4। ਬਾਈ ਉਸਤਾਦ ਜੀ, ਉਸਤਾਦ ਜੀ ਇਹਨਾਂ ਦਾ ਕੋਈ ਕਸੂਰ ਨਹੀਂ, ਇਹਨਾਂ ਨੂੰ ਛੱਡ ਦਿਓ। ਮੈਂ ਸਤਿ ਸ਼੍ਰੀ ਅਕਾਲ ਜੀ, ਕਿਵੇਂ ਲੱਗਿਆ ਤੁਹਾਨੂੰ ਯਾਰ ਜਿਗਰੀ ਕਸੂਤੀ ਡਿਗਰੀ ਦੇ ਸੈਕਿੰਡ ਸੀਜ਼ਨ ਦਾ 8ਵਾਂ ਐਪੀਸੋਡ? ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਸਾਡਾ ਅਗਲਾ ਐਪੀਸੋਡ ਆ ਰਿਹਾ 21 ਨਵੰਬਰ, ਯਾਨੀ ਸ਼ਨੀਵਾਰ ਸ਼ਾਮ ਨੂੰ 5 ਵਜੇ, ਅਤੇ ਟ੍ਰੋਲ ਪੰਜਾਬੀ ਦੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ ਮੇਰੇ ਰਾਈਟ ਹੈਂਡ ਸਾਈਡ 'ਤੇ ਜਿਹੜਾ ਬਟਨ ਹੈ ਉਹਨੂੰ ਕਲਿੱਕ ਕਰੋ, ਅਤੇ ਫਰੀ ਫਾਇਰ ਗੇਮ ਨੂੰ ਡਾਊਨਲੋਡ ਕਰਨ ਵਾਸਤੇ ਡਿਸਕ੍ਰਿਪਸ਼ਨ 'ਚ ਦਿੱਤੇ ਹੋਏ ਲਿੰਕ ਦੇ ਉੱਤੇ ਟੈਪ ਕਰੋ। ਅਤੇ ਤੁਹਾਨੂੰ ਸਾਰਿਆਂ ਨੂੰ ਯਾਰ ਜਿਗਰੀ ਕਸੂਤੀ ਡਿਗਰੀ ਦੀ ਸਾਰੀ ਟੀਮ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ।